ਨਿਊਜ਼ ਡੇਡਲਾਈਨ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨੀਰਜ ਬਾਲੀ। ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਵਿਖਾ ਦਈਏ। ਲਗਭਗ 8:30 ਵਜੇ ਦਾ ਟਾਈਮ ਹੋ ਚੁੱਕਾ ਹੈਗਾ ਆ ਔਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਾਹਮਣੇ ਪੈਰਾਮਿਲਟਰੀ ਫੋਰਸਿਸ ਆਪਣੀ ਡਿਊਟੀ ਦੇ ਉੱਤੇ ਤੈਨਾਤ ਖੜੀਆਂ ਨੇ ਔਰ ਦੂਸਰੇ ਪਾਸੇ ਅਸੀਂ ਗੱਲ ਕਰੀਏ ਤਾਂ ਕਿਸਾਨ ਜਿਹੜੇ ਨੇ ਉਹ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਜ਼ਿੱਦ ਫੜੀ ਹੋਈ ਹੈਗੀ ਆ ਔਰ ਇਸ ਸਭ ਦੇ ਵਿੱਚ ਜਿਸ ਜਗ੍ਹਾ 'ਤੇ ਮੈਂ ਮੌਜੂਦ ਸੀਗਾ ਉਹ ਜਗ੍ਹਾ ਇਹ ਹੈਗੀ ਆ। ਇੱਥੇ ਇੱਕ ਵੈਨ ਜਿਹੜੀ ਹੈਗੀ ਹੈ ਖੜੀ ਹੈਗੀ ਹੈ, ਟੈਂਪੂ ਡਰਾਈਵਰ ਇਹਨੂੰ ਕਿਹਾ ਜਾ ਸਕਦਾ ਹੈ, ਇੱਕ ਜੀਪ ਜਿਹੜੀ ਆ ਉਹ ਖੜੀ ਹੈਗੀ ਆ ਔਰ ਇੱਥੇ ਇਹਨਾਂ ਨੇ ਆਪਣੇ ਮਾਈਕ ਵਗੈਰਾ ਲਗਾਏ ਹੋਏ ਆ ਅਪੀਲ ਕਰਨ ਵਾਸਤੇ, ਲੇਕਿਨ ਮੋਦੀ ਸਰਕਾਰ ਨੂੰ ਲੈ ਕੇ ਮੁਰਦਾਬਾਦ ਦੇ ਨਾਰੇ ਜਿਹੜੇ ਆ ਉਹ ਲਗਾਉਂਦੇ ਹੋਏ ਵਿਖਾਈ ਦੇ ਰਹੇ ਨੇ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕਿ ਇੱਥੇ ਜਿਹੜੇ ਕਿਸਾਨ ਨੇ ਉਹ ਆਪੱਤੀਜਨਕ ਸ਼ਬਦਾਂ ਦਾ ਇਸਤੇਮਾਲ ਜਿਹੜੇ ਨੇ ਉਹ ਵੀ ਅੱਗੇ ਆਉਣ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ। ਨਿਹੰਗ ਸਿੰਘ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ। ਕਿਸਾਨ ਜਥੇਬੰਦੀਆਂ ਦੇ ਅਲੱਗ ਅਲੱਗ ਲੋਕ ਜਿਹੜੇ ਨੇ, ਅਲੱਗ ਅਲੱਗ ਉਹਨਾਂ ਦੇ ਕਾਰਕੁਨ ਹੈਗੇ ਨੇ ਉਹ ਮੌਜੂਦ ਹੈਗੇ ਨੇ। ਕਿਸਾਨ ਨੇਤਾ, ਵੱਡੇ ਜਿਹੜੇ ਕਿਸਾਨ ਨੇਤਾ ਨੇ ਉਹਦਾ ਵਿਖਾਈ ਨਹੀਂ ਦੇ ਰਹੇ, ਲੇਕਿਨ ਹੋਰ ਕਿਸਾਨ ਆਗੂ ਜਾਂ ਕਿਸਾਨ ਕਿਸਾਨਾਂ ਦੇ ਜਿਹੜੇ ਸਮਰਥਕ ਨੇ ਉਹ ਇਸ ਵੇਲੇ ਇਸ ਥਾਂ 'ਤੇ ਮੌਜੂਦ ਹੈਗੇ ਨੇ ਔਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪੂਰਾ ਜਮਾਵੜਾ ਜਿਹੜਾ ਹੈਗਾ ਆ ਉਹ ਲੱਗਾ ਹੋਇਆ ਹੈਗਾ। ਕੁਛ ਦਿਨ ਪਹਿਲਾਂ ਤਾਂ ਇੱਥੇ ਛਰੇ ਜਿਹੜੇ ਆ ਉਹ ਮਾਰੇ ਜਾ ਰਹੇ ਸੀਗੇ ਪੈਰਾਮਿਲਟਰੀ ਫੋਰਸਿਸ ਦੇ ਵੱਲੋਂ, ਅਤੇ ਮੀਡੀਆ ਦੀਆਂ ਵਾਈਨਾਂ ਜਿਹੜੀਆਂ ਹੈਗੀਆਂ ਉਹ ਵੀ ਕਾਫੀ ਪਿੱਛੇ ਜਿਹੜੀਆਂ ਹੈਗੀਆਂ ਖੜੀਆਂ ਹੈਗੀਆਂ, ਲੇਕਿਨ ਨਿਊਜ਼ ਡੇਟਲਾਈਨ ਪੰਜਾਬ ਨੇ ਤੁਹਾਨੂੰ ਬਿਲਕੁਲ ਮੋਹਰੇ ਹੋ ਕੇ ਤਸਵੀਰ ਜਿਹੜੀ ਹੈਗੀ ਆ ਉਹ ਵਿਖਾਈ ਹੈਗੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਥਿਤੀ ਜਿਹੜੀ ਹੈ ਇਸ ਵੇਲੇ ਇੱਥੇ ਬਣੀ ਹੋਈ ਹੈਗੀ ਆ। ਕਿਸਾਨ ਜਿਹੜੇ ਨੇ ਉਹ ਆਪਣੇ ਝੰਡਿਆਂ ਦੇ ਨਾਲ ਇੱਥੇ ਮੌਜੂਦ ਹੈਗੇ ਨੇ ਔਰ ਹੋਰ ਤਮਾਮ ਲੋਕ ਵੀ ਇੱਥੇ ਮੌਜੂਦ ਨੇ ਕਿਸਾਨਾਂ ਦਾ ਸਮਰਥਨ ਕਰਨ ਵਾਸਤੇ ਵੀ ਕੁਝ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਬਾਕੀ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਈ ਰਹੇ ਹੈਗੇ ਹਾਂ ਕਿ ਟਰੈਕਟਰ ਟਰਾਲੀਆਂ ਇੱਥੇ ਮੌਜੂਦ ਹੈਗੀਆਂ ਨੇ, ਸਪੀਕਰ ਲੱਗੇ ਹੋਏ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਹੈਗਾ ਕਿ ਲਗਭਗ 11 ਕਿਲੋਮੀਟਰ ਤੱਕ ਜਿਹੜਾ ਪਿੱਛੇ ਦਾ ਲੰਬਾ ਸਫ਼ਰ ਹੈਗਾ ਆ, ਰਸਤਾ ਜਿਹੜਾ ਹੈਗਾ ਆ ਉਸ ਦੇ ਵਿੱਚ ਟਰੈਕਟਰ ਟਰਾਲੀਆਂ ਦਾ ਜਮਾਵੜਾ ਜਿਹੜਾ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਹੈਗਾ ਆ। ਕੁਛ ਦੇਰ ਪਹਿਲਾਂ ਇੱਥੇ ਲੰਗਰ ਦਾ ਬੰਦੋਬਸਤ ਵੀ ਜਿਹੜਾ ਹੈਗਾ ਉਹ ਕੀਤਾ ਗਿਆ ਸੀਗਾ। ਇੱਧਰਲੇ ਪਾਸੇ ਦੇਖਦੇ ਹਾਂ, ਇੱਧਰ ਦੇਖੋ ਜਨਰੇਟਰ ਦਾ ਬੰਦੋਬਸਤ ਵੀ ਜਿਹੜਾ ਹੈਗਾ ਆ ਉਹ ਇੱਥੇ ਕੀਤਾ ਗਿਆ ਹੈਗਾ ਆ ਔਰ ਕਿਸਾਨ ਜਿਹੜੇ ਨੇ ਆਪਣੀ ਰਣਨੀਤੀ ਵੀ ਬਣਾਉਣ ਦੇ ਵਿੱਚ ਮਸ਼ਰੂਫ ਹੈਗੇ ਨੇ। ਦੇਖੋ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ ਔਰ ਕਿਸਾਨਾਂ ਨੇ ਮੈਨੂੰ ਉੱਥੇ ਉਸ ਮੀਟਿੰਗ ਦੇ ਵਿੱਚ ਜਾਣ ਤੋਂ ਮੈਨੂੰ ਮਨਾ ਕਰ ਦਿੱਤਾ। ਪੰਜਾਬ ਪੁਲਿਸ ਦੇ ਜਵਾਨ ਵੀ ਇੱਥੇ ਮੌਜੂਦ ਹੈਗੇ ਨੇ ਔਰ ਮੀਡੀਆ ਕਰਮੀ ਵੀ ਇੱਥੇ ਮੌਜੂਦ ਹੈਗੇ ਨੇ ਆਪਣੀ ਆਪਣੀ ਉਹ ਵੀ ਵੈਨਸ ਲੈ ਕੇ। PTC ਨਿਊਜ਼ ਜਾਂ ਬਾਕੀ ਤਮਾਮ ਤਰ੍ਹਾਂ ਦੇ ਜਿਹੜੇ ਨਿਊਜ਼ ਨੇ ਉਹ ਇੱਥੇ ਮੌਜੂਦ ਹੈਗੇ ਨੇ। ਮੀਡੀਆ ਕਰਮੀ ਆਪਣੀ ਬਾਈਟਸ ਵਗੈਰਾ ਜਾਂ ਕਿਸਾਨਾਂ ਤੋਂ ਉਹਨਾਂ ਦੇ ਵਰਸ਼ਨਸ ਵਗੈਰਾ ਲੈਣ ਨੂੰ ਲੈ ਕੇ ਇੱਥੇ ਖੜ੍ਹੇ ਹੋਏ ਹੈਗੇ ਨੇ। ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾਈਆਂ ਸੀਗੀਆਂ ਬਿਲਕੁਲ ਸ਼ੰਭੂ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਪੈਰਾਮਿਲਟਰੀ ਸਾਹਮਣੇ ਹੋ ਆਪਣੀ ਡਿਊਟੀ 'ਤੇ ਤੈਨਾਤ ਸੀਗੀ ਔਰ ਦੂਸਰੇ ਪਾਸੇ ਕਿਸਾਨ ਮੁਸਤੈਦੀ ਦੇ ਨਾਲ ਖੜ੍ਹੇ ਸਨ ਔਰ ਉੱਥੇ ਦੀ ਤਸਵੀਰਾਂ ਅਸੀਂ ਤੁਹਾਨੂੰ ਵਿਖਾਈਆਂ ਸੀ। ਹੁਣ ਅਸੀਂ ਥੋੜ੍ਹਾ ਜਿਹਾ ਪਿੱਛੇ ਆ ਗਏ ਹਾਂ, ਲਗਭਗ 1 ਕਿਲੋਮੀਟਰ ਦੀ ਦੂਰੀ 'ਤੇ ਅਸੀਂ ਪਹੁੰਚੇ ਹੋਏ ਹਾਂ ਔਰ ਇੱਥੇ ਵੀ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਤਸਵੀਰਾਂ ਵਿਖਾ ਦਈਏ। ਇੱਕ ਥਾਣਾ ਜਿਹੜਾ ਹੈਗਾ ਆ ਉਹ ਲੱਗਦਾ ਹੈਗਾ ਥਾਣੇ ਦੀ ਤਸਵੀਰ ਹੈਗੀ ਆ। ਪੰਜਾਬ ਪੁਲਿਸ ਵੀ ਇੱਥੇ ਮੌਕੇ 'ਤੇ ਮੌਜੂਦ ਹੈਗੀ ਆ ਔਰ ਪੰਜਾਬ ਪੁਲਿਸ ਦੇ ਜਵਾਨ, ਪੰਜਾਬ ਪੁਲਿਸ ਦੀਆਂ ਗੱਡੀਆਂ ਜਾਂ 1-2 ਐਂਬੂਲੈਂਸ ਵੀ ਮੈਂ ਦੇਖੀਆਂ ਸੀਗੀਆਂ। ਅਗਰ ਲੰਗਰ ਦੀ ਗੱਲ ਕਰੀਏ ਤਾਂ ਛੋਟਾ ਮੋਟਾ ਲੰਗਰ ਜਿਹੜਾ ਹੈਗਾ ਆ ਉਹ ਵੀ ਇੱਥੇ
ਚਲਾਇਆ ਜਾ ਰਿਹਾ ਹੈਗਾ ਆ। ਇਹ ਤਾਂ ਛੋਟਾ ਮੋਟਾ ਨਹੀਂ, ਇਹ ਤਾਂ ਵਾਕਈ ਵੱਡਾ ਲੰਗਰ ਆ। ਲੰਗਰ ਦੀ ਸੇਵਾ ਜਿਹੜੀ ਆ ਉਹ ਵੀ ਇਸ ਵੇਲੇ ਜਾਰੀ ਹੈਗੀ ਆ, ਕਿਉਂਕਿ ਕਿਸਾਨ ਜਿਹੜੇ ਨੇ ਉਹ ਆਪਣਾ ਦੱਸਿਆ ਜਾ ਰਿਹਾ ਕਿ 6 ਮਹੀਨੇ ਦਾ ਰਾਸ਼ਨ ਪਾਣੀ ਪੂਰਾ ਲੈ ਕੇ ਆਏ ਹੋਏ ਨੇ। ਔਰ ਜਿਹੜੇ ਵੀ ਇੱਥੇ ਕਿਸਾਨ ਆਗੂ ਜਾਂ ਕਿਸਾਨ ਦੇ ਸਮਰਥਕਾਂ ਦੇ ਵਿੱਚ ਲੋਕ ਆਏ ਹੋਏ ਨੇ, ਉਹਨਾਂ ਨੂੰ ਲੰਗਰ ਪਾਣੀ ਦਾ ਪੂਰਾ ਬੰਦੋਬਸਤ ਜਿਹੜਾ ਹੈਗਾ ਆ ਉਹ ਕਿਸਾਨਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਹੈਗਾ, ਛਕਾਇਆ ਜਾ ਰਿਹਾ ਹੈਗਾ ਆ। ਚਾਹੇ ਆਮ ਆਦਮੀ ਹੋਵੇ, ਚਾਹੇ ਮੁਲਾਜ਼ਮ ਹੋਵੇ, ਸਾਰਿਆਂ ਦੇ ਵਾਸਤੇ ਲੰਗਰ ਦੀ ਸੇਵਾ ਜਿਹੜੀ ਆ ਉਹ ਇੱਥੇ ਕਿਸਾਨ ਜਿਹੜੇ ਹੈਗੇ ਨੇ ਉਹ ਦੇ ਰਹੇ ਨੇ। ਔਰ ਆਓ ਤੁਹਾਨੂੰ ਥੋੜ੍ਹੀਆਂ ਹੋਰ ਕੁਝ ਤਸਵੀਰਾਂ ਜਿਹੜੀਆਂ ਉਹ ਵੀ ਅਸੀਂ ਤੁਹਾਨੂੰ ਦਿਖਾ ਦਈਏ ਕਿ ਇੱਥੇ ਦੇਖੋ ਦੂਸਰੇ ਪਾਸੇ ਦੇਖਿਆ ਦਿਖਾਇਆ ਜਾਵੇ। ਅਤੇ ਇਸ ਪਾਸੇ ਜਿਹੜਾ ਹੈਗਾ ਆ ਇੱਧਰ ਵੀ ਪੂਰਾ ਪੁਲਿਸ ਪ੍ਰਸ਼ਾਸਨ ਜਿਹੜਾ ਆ ਮੁਸਤੈਦੀ ਨਾਲ ਤੈਨਾਤ ਹੈਗਾ ਆ। ਪੁਲਿਸ ਪ੍ਰਸ਼ਾਸਨ ਔਰ ਪੁਲਿਸ ਦੇ ਜਿਹੜੇ ਜਵਾਨ ਹੈਗੇ ਨੇ ਉਹ ਵੀ ਮੌਜੂਦ ਹੈਗੇ ਨੇ। ਬੈਰੀਕੇਡਿੰਗਸ ਇੱਧਰਲੇ ਪਾਸੇ ਵੀ ਲੱਗੀਆਂ ਹੋਈਆਂ ਨੇ। ਐਂਬੂਲੈਂਸ ਜਿਹੜੀ ਹੈਗੀਆਂ ਨੇ ਉਹ ਵੀ ਇੱਥੇ ਮੌਜੂਦ ਹੈਗੀਆਂ। ਪੰਜਾਬ ਪੁਲਿਸ ਦੀ ਗੱਡੀਆਂ ਜਿਹੜੀਆਂ ਉਹ ਵੀ ਇੱਥੇ ਮੌਜੂਦ ਹੈਗੀਆਂ ਆ। ਐਂਬੂਲੈਂਸ ਦੀ ਸੇਵਾ ਜਿਹੜੀ ਹੈ ਉਹ ਵੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਹੈ ਉਹ ਦਿੱਤੀ ਗਈ ਹੈ। ਜਿਸ ਤਰ੍ਹਾਂ ਨਾਲ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਹੈਗੀ ਆ। ਕੁਝ ਵੱਡੇ ਅਧਿਕਾਰੀ ਵੀ ਸ਼ਾਇਦ ਆ ਰਹੇ ਨੇ ਇਹਨਾਂ ਗੱਡੀਆਂ ਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਔਰ ਇਹ ਪੰਜਾਬ ਪੁਲਿਸ ਦੇ ਸ਼ਾਇਦ ਕੁਝ ਵੱਡੇ ਅਧਿਕਾਰੀ ਨੇ ਜੋ ਇਸ ਵੇਲੇ ਮੌਕੇ 'ਤੇ ਪਹੁੰਚ ਰਹੇ ਨੇ। ਅਜਿਹੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ, ਕਿਉਂਕਿ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਇੱਥੇ ਮੌਕੇ 'ਤੇ ਪਹੁੰਚੇ ਹੋਏ ਨੇ। SSP ਵਰੁਣ ਸ਼ਰਮਾ ਇੱਥੇ ਮੌਜੂਦ ਹੈਗੇ ਨੇ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ। ਅਤੇ ਔਰ ਅਗਰ ਅਸੀਂ ਬਾਕੀ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਜਿਹੜਾ ਹੈਗਾ ਆ ਉਹ ਪੂਰੀ ਮੁਸਤੈਦੀ ਦੇ ਨਾਲ ਤੈਨਾਤ ਹੈਗਾ ਆ। ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵਿੱਚੋਂ ਅਗਰ ਗੱਲ ਕਰੀਏ, ਮੌਜੂਦਾ SSP ਇੱਥੇ ਮੌਜੂਦ ਹੈਗੇ ਨੇ। SSP ਆਪਣੇ ਸਾਥੀਆਂ ਦੇ ਨਾਲ ਕੁਝ ਵਾਰਤਾਲਾਪ ਕੁਝ ਗੱਲਬਾਤ ਕਰ ਰਹੇ ਨੇ। ਸ਼ਾਇਦ ਹਾਲਤ ਦਾ ਜਾਇਜ਼ਾ ਵਗੈਰਾ ਜਿਹੜਾ ਆ ਉਹ ਲਿਆ ਜਾ ਰਿਹਾ ਹੈਗਾ ਆ। ਤਮਾਮ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਵੀ ਮੌਕੇ 'ਤੇ ਮੌਜੂਦ ਨੇ, ਮੀਡੀਆ ਕਰਮੀ ਵੀ ਮੌਕੇ 'ਤੇ ਮੌਜੂਦ ਹੈਗੇ ਨੇ। ਔਰ ਇਹਨਾਂ ਅਜਿਹੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਆਪ ਦੇ ਵਿੱਚ ਕਾਫੀ ਕੁਝ ਬਿਆਨ ਕਰ ਰਹੀਆਂ ਨੇ ਕਿ ਸਥਿਤੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਇਸ ਵੇਲੇ ਬਣੀ ਹੋਈ ਹੈਗੀ ਆ। ਔਰ ਤੁਸੀਂ ਇਹਨਾਂ ਤਸਵੀਰਾਂ ਰਾਹੀਂ ਜਿਹੜਾ ਹੈਗਾ ਆ ਉਹ ਅੰਦਾਜ਼ੇ ਲਗਾ ਸਕਦੇ ਹੋ, ਕਿਉਂਕਿ ਪਹਿਲਾਂ ਅਸੀਂ ਤੁਹਾਨੂੰ ਵਿਖਾਇਆ ਸੀਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿਸਾਨ ਨੇ ਉਹ ਅੱਗੇ ਵਧਣ ਨੂੰ ਲੈ ਕੇ ਤਿਆਰ ਹੋ ਰਹੇ ਨੇ, ਅਤੇ ਦੂਸਰੇ ਪਾਸੇ ਪੈਰਾਮਿਲਟਰੀ ਫੋਰਸਿਸ ਜਿਹੜੀ ਹੈ ਉਹ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਆਪਣੀ ਡਿਊਟੀ ਅਦਾ ਕਰਨ ਵਾਸਤੇ ਤਤਪਰ ਤਿਆਰ ਮੌਜੂਦ ਹੈਗੀ ਆ। ਔਰ ਫਿਲਹਾਲ ਜੋ ਇਸ ਵੇਲੇ ਹਾਲਾਤ ਬਣਦੇ ਪਏ ਨੇ, ਅਗਰ ਇੱਕ ਪੱਤਰਕਾਰ ਦੇ ਤੌਰ 'ਤੇ ਮੈਂ ਐਨਾਲਿਸਿਸ ਕਰਾਂ ਤਾਂ ਇਹ ਲੱਗਦਾ ਨਹੀਂ ਹੈ ਕਿ ਕਿਸਾਨ ਜਿਹੜਾ ਨੇ ਉਹ ਇੰਨੀ ਆਸਾਨੀ ਦੇ ਨਾਲ ਇਹਨਾਂ ਬੈਰੀਕੇਡ ਨੂੰ ਤੋੜ ਕੇ ਜਾਂ ਇਹਨਾਂ ਨੂੰ ਪਾਰ ਪਾ ਕੇ ਅੱਗੇ ਵੱਧ ਸਕਣ, ਕਿਉਂਕਿ ਸਥਿਤੀਆਂ ਇੱਥੇ ਬੜੀਆਂ ਨਾਜ਼ੁਕ ਬਣੀਆਂ ਹੋਈਆਂ ਨੇ। ਕਈ ਲੋਕ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ, ਔਰ ਤੁਸੀਂ ਵੇਖ ਸਕਦੇ ਹੋ ਕਿ ਕੁਝ ਦਿਵਿਆਂਗ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ। ਵਿਵਾਦ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ, ਟੇਬਲ ਟੌਕ ਹੀ ਸਾਰੇ ਮਸਲਿਆਂ ਦਾ ਹੱਲ ਹੈ। ਪੱਤਰਕਾਰ ਜਿਹੜੇ ਨੇ ਉਹ ਇਹਨਾਂ ਦਿਵਿਆਂਗਾਂ ਦੀ ਇੰਟਰਵਿਊ ਕਰ ਰਹੇ ਨੇ, ਬਾਈਟ ਕਰ ਰਹੇ ਨੇ ਕਿ ਵੀ ਇਸ ਜਿਹੜੇ ਦਿਵਿਆਂਗ ਹੈਗੇ ਨੇ ਇਹ ਇਸ ਇਹਨਾਂ ਹਾਲਾਤਾਂ ਦੇ ਵਿੱਚ ਇੱਥੇ ਮੌਜੂਦ ਹੋਏ ਨੇ ਔਰ ਇੱਥੇ ਪਹੁੰਚੇ ਹੋਏ ਨੇ, ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਔਰ ਜਿਹੜੀ ਨਾਰਾਜ਼ਗੀ ਹੈ ਉਹਨਾਂ ਦੇ ਫੇਸ ਤੋਂ, ਉਹਨਾਂ ਦੇ ਜਿਹੜਾ ਚਿਹਰਾ ਹੈ ਉਸ ਤੋਂ ਮਹਿਸੂਸ ਹੋ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਦਿਵਿਆਂਗ ਔਰ ਜਿਹੜੇ ਤਮਾਮ ਪੱਤਰਕਾਰ ਸਾਥੀ ਸਾਡੇ ਇਸ ਮੌਕੇ 'ਤੇ ਮੌਜੂਦ ਹੈਗੇ ਨੇ। ਅਗਰ ਅਸੀਂ ਦੇਖੀਏ ਤਾਂ ਦੂਰ ਦੂਰ ਤੱਕ ਜਿੱਥੇ ਤੱਕ ਦੇਖੀਏ ਸਿਰਫ ਟਰਾਲੀਆਂ ਹੀ ਟਰਾਲੀਆਂ ਨਜ਼ਰ ਆ ਰਹੀਆਂ ਨੇ, ਔਰ ਕਿਸਾਨ ਆਪਣੀਆਂ ਅਲੱਗ ਅਲੱਗ ਵਹੀਕਲਸ ਦੇ ਉੱਤੇ ਜਿਹੜੇ ਨੇ ਉਹ ਇਸ ਵੇਲੇ ਆਏ ਹੋਏ ਨੇ। ਔਰ ਕਿਸਾਨਾਂ ਦਾ ਸਿਰਫ ਇੱਕੋ ਹੀ ਮੰਨਣਾ ਜਾਂ ਮੰਗ ਹੈਗੀ ਆ ਕਿ ਉਹਨਾਂ ਨੇ ਦਿੱਲੀ ਜਾਣਾ ਹੈਗਾ। ਔਰ ਤਮਾਮ ਤਰ੍ਹਾਂ ਦੇ ਨਾਲ ਇਹਨਾਂ ਨੇ ਸੌਣ ਖਾਣ ਪੀਣ ਉੱਠਣ ਬੈਠਣ ਦੇ ਜਿਹੜੇ ਬੰਦੋਬਸਤ ਹੈਗੇ ਕਿਸਾਨਾਂ ਨੇ ਉਹ ਵੀ ਕੀਤੇ ਹੋਏ ਨੇ। ਇੱਕ ਟਰਾਲੀ ਦੇ ਵਿੱਚ ਦੇਖੋ ਜਿਸ ਤਰ੍ਹਾਂ ਦੇ ਨਾਲ ਨੀਚੇ ਆਪਣਾ ਪਰਾਲੀ ਵਿਛਾ ਕੇ ਉੱਪਰ ਗੱਦੇ ਲਾ ਕੇ
ਆਪਣਾ ਸੋਨ ਦਾ ਜਿਹੜਾ ਜੁਗਾੜ ਹੈਗਾ ਆ ਉਹ ਵੀ ਕਿਸਾਨਾਂ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਕੀਤਾ ਹੋਇਆ ਹੈਗਾ। ਔਰ ਕਾਫੀ ਉਮਰ ਦਰਾਜ਼ ਇਸ ਵੇਲੇ ਬਾਬਾ ਜੀ ਇਸ ਵੇਲੇ ਇਸ ਟਰਾਲੀ ਦੇ ਵਿੱਚ ਆਰਾਮ ਫਰਮਾ ਰਹੇ ਨੇ। ਬਾਬਾ ਜੀ ਰੋਟੀ ਪਾਣੀ ਹੋ ਗਿਆ ਜੀ? ਹੋ ਗਿਆ ਜੀ। ਚਲੋ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ ਕਿ ਤੁਸੀਂ ਲੋਕਤੰਤਰਿਕ ਢੰਗ ਦੇ ਨਾਲ ਅੱਗੇ ਵਧੋ ਅਤੇ ਤੁਹਾਨੂੰ ਜਿੱਤ ਹਾਸਿਲ ਹੋਵੇ। ਜਿਸ ਮਕਸਦ ਵਾਸਤੇ ਤੁਸੀਂ ਜਾ ਰਹੇ ਹੋ ਰੱਬ ਤੁਹਾਡੀ ਉਹ ਮੰਸ਼ਾ ਜ਼ਰੂਰ ਪੂਰੀ ਕਰੇ ਜੀ। ਸੋ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਟਰਾਲੀਆਂ ਹੀ ਟਰਾਲੀਆਂ ਨਜ਼ਰ ਆ ਰਹੀਆਂ ਹੈ, ਚਾਹੇ ਉਹ ਸਿੱਧੂਪੁਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਹੋਵੇ ਜਾਂ ਉਗਰਾਹਾਂ ਹੋਵੇ ਜਾਂ ਤਮਾਮ ਤਰ੍ਹਾਂ ਦੀਆਂ ਹੋਰ ਜਥੇਬੰਦੀਆਂ ਹੋਣ, ਉਹ ਇਸ ਵੇਲੇ ਮੌਕੇ 'ਤੇ ਮੌਜੂਦ ਨੇ। ਉਹਨਾਂ ਦੇ ਸਮਰਥਕ ਕਹਿ ਲਓ ਜਾਂ ਕਿਸਾਨ ਨੇਤਾ ਕਹਿ ਲਓ, ਦੇਖੋ ਇੱਕ ਲੇਡੀ ਜਿਹੜੀ ਹੈਗੀ ਨੇ ਉਹ ਵੀ ਇਸ ਗੱਡੀ ਦੇ ਵਿੱਚ ਨਜ਼ਰ ਆ ਰਹੇ ਨੇ। ਸੋ ਮਹਿਲਾ ਹੋਵੇ, ਬਜ਼ੁਰਗ ਹੋਵੇ, ਹਰ ਇੱਕ ਉਮਰ ਦਾ ਵਿਅਕਤੀ ਜਿਹੜਾ ਹੈਗਾ ਆ ਉਹ ਕਿਸਾਨਾਂ ਨੂੰ ਸਮਰਥਨ ਦੇਣ ਵਾਸਤੇ, ਸਾਥ ਦੇਣ ਵਾਸਤੇ ਜਿਹੜਾ ਹੈਗਾ ਆ ਉਹ ਆ ਰਿਹਾ ਹੈਗਾ। ਔਰ ਇਸ ਵੇਲੇ ਹੁਣ ਠੰਡ ਕਿਉਂਕਿ ਪੈਣੀ ਸ਼ੁਰੂ ਹੋ ਚੁੱਕੀ ਹੈਗੀ ਆ, ਰਾਤ ਦਾ ਵਕਤ ਹੈਗਾ ਆ, ਔਰ ਕਿਸਾਨ ਜਿਹੜੇ ਨੇ ਉਹਨਾਂ ਨੇ ਤਮਾਮ ਬੰਦੋਬਸਤ ਜਿਹੜੇ ਹੋਏ ਉਹ ਕੀਤੇ ਹੋਏ ਨੇ। ਔਰ ਇਹਨਾਂ ਬੰਦੋਬਸਤਾਂ ਨੂੰ ਅਸੀਂ ਦਿਖਾਉਣ ਵਾਸਤੇ ਤੁਹਾਨੂੰ ਇੱਥੇ ਲੈ ਕੇ ਆਏ ਹਾਂ ਕਿ ਪੂਰੀਆਂ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਉਹ ਤਰਪਾਲਾਂ ਦੇ ਨਾਲ ਢੱਕੀਆਂ ਹੋਈਆਂ ਹੈਗੀਆਂ ਨੇ। ਔਰ ਇਹਨਾਂ ਤਰਪਾਲਾਂ ਦੇ ਵਿੱਚ ਕਿਸਾਨਾਂ ਨੇ ਰਾਤਾਂ ਜਿਹੜੀਆਂ ਆਪਣੀਆਂ ਹੁਣ ਬਤੀਤ ਕਰ ਰਹੀਆਂ ਹੈਗੀਆਂ ਕਿ ਤਰਪਾਲਾਂ ਔਰ ਗੱਦੇ ਜਿਹੜੇ ਆ ਉਹ ਗੱਡੀਆਂ ਦੇ ਵਿੱਚ ਲਿਆ ਕੇ ਪੂਰਾ ਬੰਦੋਬਸਤ ਜਿਹੜਾ ਉਹ ਕੀਤਾ ਹੋਇਆ ਆ, ਚਾਹੇ ਉਹ ਦੁੱਧ ਦੀਆਂ ਵੱਡੇ ਵੱਡੇ ਕੰਟੇਨਰ ਹੋਣ। ਇਹ ਦੇਖੋ ਇਹ ਚੈਰਿਟੀ ਟਰੱਸਟ ਹੈਗਾ ਆ, ਸੁੱਖ ਸਾਗਰ ਚੈਰਿਟੀ ਟਰੱਸਟ, ਚਾਹੇ ਵੱਡੇ ਵੱਡੇ ਕੰਟੇਨਰ ਹੋਣ, ਚਾਹੇ ਹੋਰ ਤਮਾਮ ਤਰ੍ਹਾਂ ਦੇ ਖਾਣ ਪੀਣ ਦੇ ਸੰਸਾਧਨ ਹੋਣ, ਸਾਰੇ ਕਿਸਾਨਾਂ ਦੇ ਵੱਲੋਂ ਪੂਰੇ ਬੰਦੋਬਸਤ ਦੇ ਨਾਲ ਜਿਹੜਾ ਹੈਗਾ ਆ ਉਹ ਦਿੱਲੀ ਵੱਲ ਨੂੰ ਵਧਿਆ ਜਾ ਰਿਹਾ ਹੈਗਾ। ਸਾਰੇ ਇੱਥੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਵੀ ਡਿਊਟੀ 'ਤੇ ਆਪਣੀ ਤੈਨਾਤ ਹੈਗੇ ਨੇ, ਔਰ ਤਮਾਮ ਤਰ੍ਹਾਂ ਦਾ ਇੱਥੇ ਅਮਲਾ, ਪੁਲਿਸ ਅਮਲਾ ਜਿਹੜਾ ਆ ਉਹ ਮੌਜੂਦ ਹੈਗਾ ਆ। ਔਰ ਤੁਸੀਂ ਦੇਖ ਸਕਦੇ ਹੋ ਕਿ ਕੁਛ ਮੀਡੀਆ ਕਰਮੀ ਜਿਹੜੇ ਨੇ ਉਹ ਵੀ ਮੌਜੂਦ ਹੈਗੇ ਨੇ। ਔਰ ਇਸ ਵੇਲੇ ਅਗਰ ਅਸੀਂ ਗੱਲ ਕਰੀਏ ਤਾਂ ਕੁਛ ਗੱਡੀਆਂ ਜਿਹੜੀਆਂ ਹੈਗੀਆਂ ਸ਼ਾਇਦ ਉਹ ਵਾਪਸ ਜਾ ਰਹੀਆਂ ਹੈਗੀਆਂ ਆ, ਔਰ ਇਹਨਾਂ ਦੇ ਵਿੱਚ ਇਹ ਜਿਹੜੇ ਬੋਰੇ ਹੈਗੇ ਆ ਇਹ ਭਰੇ ਹੋਏ ਹੈਗੇ ਨੇ, ਔਰ ਖਾਲੀ ਬੋਰੇ ਨੇ, ਔਰ ਇਹਨਾਂ ਬੋਰਿਆਂ ਨੂੰ ਸ਼ਾਇਦ ਕਿਸੇ ਹੋਰ ਥਾਂ 'ਤੇ ਲੈ ਕੇ ਜਾ ਰਹੇ ਨੇ ਕਿਸਾਨ ਜਥੇਬੰਦੀਆਂ, ਅਤੇ ਮੀਡੀਆ ਕਰਮੀ ਵੀ ਨਾਲ ਜਾ ਰਹੇ ਨੇ। ਹੋ ਸਕਦਾ ਕਿ ਕਿਤੇ ਸ਼ਾਇਦ ਕੋਈ ਬੰਨ ਬੁੰਨ ਲਾਉਣ ਦੀ ਜਿਹੜੀ ਹੈ ਉਹ ਤਿਆਰੀ ਹੋਵੇ, ਹਾਲਾਂਕਿ ਮੇਰੇ ਕਿਆਸ ਹੈ, ਪਤਾ ਨਹੀਂ ਇਹ ਅਜਿਹਾ ਹੈਗਾ ਜਾਂ ਨਹੀਂ ਹੈਗਾ, ਲੇਕਿਨ ਸੋ ਐਸ ਐਸ ਪੀ ਸਾਹਿਬ ਨੇ ਮਨਾ ਕਰ ਦਿੱਤਾ ਹੈਗਾ, ਲੇਕਿਨ ਫਿਰ ਵੀ ਚਲੋ ਮੌਕਾ ਮਿਲੂਗਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਹੋਰ ਇੱਥੇ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੋਂ ਉਹਨਾਂ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵੇਲੇ ਇੱਥੇ ਦੇ ਹਾਲਾਤ ਉਹਨਾਂ ਦੀ ਜ਼ੁਬਾਨੀ ਜਿਹੜੀ ਹੈ ਉਹ ਕਿਹੋ ਜਿਹੇ ਬਣੇ ਹੋਏ ਨੇ, ਕਿਉਂਕਿ ਖਬਰਾਂ ਇਹ ਮਿਲ ਰਹੀਆਂ ਸੀਗੀਆਂ ਕਿ ਦੂਸਰੇ ਪਾਸੇ ਕੁਝ ਗੋਲੀਆਂ ਜਿਹੜੀਆਂ ਹੈਗੀਆਂ ਉਹ ਵੀ ਚਲਾਈਆਂ ਗਈਆਂ ਹੈਗੀਆਂ ਆ। ਔਰ ਜੇ ਗੋਲੀਆਂ ਚਲਾਈਆਂ ਕੀ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਗੋਲੀਆਂ ਰਹਿ ਕੇ ਚਲਾਈਆਂ ਨੇ ਜਾਂ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਨਹੀਂ ਗੋਲੀਆਂ ਚਲਾਈਆਂ ਹੈਗੀਆਂ ਨੇ,